ਅੱਛਾ ਇਹ ਵੀ ਬਾਈ ਗੁਲਜ਼ਾਰ ਸਤਮਾ ਜੀ ਦੇ ਕਬੂਤਰ ਨੇ ਛੱਡਣ ਵਾਲੇ ਨੇ ਬਾਈ ਸਾਰੇ ਇਹਦੇ ਪੱਲੇ ਕਿੰਨੇ ਬੋਲੇ ਸੀ ਆ ਇਹਦੇ ਲਾਲ ਸਿਰੇ ਦੇ ਨਾ ਆਪਣੀ ਬੈਸਟ ਬਰੀਡ ਆ ਵੀ ਬਾਈ ਬਹੁਤ ਲਾਈਕ ਕਰਦੇ ਆਪਣੇ ਕੋਲ ਬਹੁਤ ਨੇ ਇਹਦੇ ਨਾਲ ਦੇ ਕਬੂਤਰਾਂ ਜੀ ਹੁਣ ਇਹ ਤਾਂ ਪਤਾ ਨਹੀਂ ਵੀ ਕਿਹੜੇ ਕਬੂਤਰ ਆ ਕੀ ਗੱਲਬਾਤ ਆ ਕਿਉਂਕਿ ਆਪਣੇ ਕੋਲ ਤਾਂ ਫੜੇ ਹੋਏ ਬਾਈ ਅਤੇ ਬਾਈ ਕੋਲ ਜ਼ਿਆਦਾਤਰ ਕਬੂਤਰ ਆਹੀ ਚੀਜ਼ ਆ ਬਸ ਆਹੀ ਆਪਾਂ ਨੂੰ ਬਹੁਤ ਵਧੀਆ ਲੱਗਦੇ ਆ ਬਾਈ ਲੋਕ ਨੂੰ ਬਾਹਲੇ ਚੰਗੇ ਉੱਠਦੇ ਆ ਇਹ ਆਹ ਦੇਖ ਲਓ ਕਬੂਤਰ ਜਿਹੜੇ ਕਹਿ ਦਿੰਦੇ ਆ ਲੋਕ ਨੂੰ ਕੀ ਦਿਖਾਉਣਾ ਕੀ ਗੱਲ ਆ ਆਹ ਚੀਜ਼ ਹੁੰਦੀ ਆ ਗੁਲਜ਼ਾਰ ਬਾਈ ਦੇ ਘਰੇ ਆ ਤੁਸੀਂ ਆਪਦਾ ਹਿਸਾਬ ਵੀ ਸਾਰੀ ਇਹੋ ਜਿਹੇ ਮਿਲਣਗੇ ਹੋਰ ਵੀ ਦਿਖਾਉਣੇ ਆਹ ਦੇਖ ਲਓ ਆਹ ਬੈਠਾ ਆਹ ਦੇਖ ਲਓ ਆਹ ਦੇਖ ਲਓ ਇਹ ਇੱਕ ਗੱਲ ਆ ਸਾਰੇ ਇਹਦੇ ਨਾਲ ਦੀ ਮਿਲਣਗੇ ਬਾਈ ਦੇ ਘਰੇ ਅਤੇ ਲੋ ਵਾਲੀਆਂ ਬਾਜ਼ੀਆਂ ਫਿਰ ਤਾਂ ਹੀ ਬਾਈ ਇਕੱਲੇ ਇਕੱਲੇ ਰਹਿ ਜਾਂਦੇ ਆ ਹੁਣ ਅਗਲਾ ਕਹਿੰਦਾ ਲੋ ਵਾਲੀਆਂ ਬਾਜ਼ੀਆਂ 'ਚ ਰਹਿ ਗਿਆ ਗੁਲਜ਼ਾਰ ਦਾ ਰਹਿਣਾ ਹੀ ਆ ਬਾਈ ਬੰਦਾ ਮਿਹਨਤ ਕਰਦਾ ਬਾਈ ਕਬੂਤਰ ਕੀ ਬਰੀਡ ਆ ਬਾਈ ਕੋਲ ਆਹੀ ਬਰੀਡ ਵੱਧ ਆ ਜਾਣੀ ਕਿ ਜ਼ਿਆਦਾਤਰ ਕਬੂਤਰ ਤਾਂ ਹੋਰ ਵੀ ਨੇ ਪਰ ਆਹ ਦੇਖਣ ਨੂੰ ਵੱਧ ਬੈਠੇ ਆ ਸਭ ਤੋਂ ਵੱਧ ਤਾਂ ਖੁਸ਼ੀ ਦੀ ਗੱਲ ਇਹ ਆ ਬਾਈ ਕਬੱਡੀ ਦੇ ਨਾਲ ਨਾਲ ਕਬੂਤਰਬਾਜ਼ੀ ਦਾ ਵੀ ਸ਼ੌਂਕ ਪਾਲਿਆ ਅਤੇ ਕਬੂਤਰਬਾਜ਼ੀ 'ਚ ਵੀ ਬੰਦੇ ਨੇ ਓਨਾ ਹੀ ਨਾਂ ਬਣਾਤਾ ਜਿੰਨਾ ਕਬੱਡੀ 'ਚ ਸੀ ਅਤੇ ਕਹਿੰਦੇ ਕਹਾਉਂਦੇ ਬੰਦਿਆਂ ਨੂੰ ਜਾਣੀ ਕਿ ਕਬੱਡੀ ਦੇ ਵਿੱਚ ਨੱਕ ਮੋੜਿਆ ਕਬੂਤਰਬਾਜ਼ੀ ਦੇ ਵਿੱਚ ਵੀ ਸਿਰਾ ਕਰਾਤਾ ਬਾਬਾ ਮਿਹਰ ਕਰਿਆ ਪਤਾ ਕਹਿੰਦਾ ਸਾਰੇ ਕਬੂਤਰਬਾਜ਼ ਭਰਾਵਾਂ 'ਤੇ ਸਾਰੇ ਯਤਨ ਐਤਕੀ ਬਾਈ ਅਤੇ ਗੱਲਾਂ ਬਾਤਾਂ ਸਿੱਖਿਆ ਕਰੋ ਜ਼ਰੂਰ ਬਾਈ ਆਪਾਂ ਤਾਂ ਕਹਿੰਦੇ ਹਾਂ ਵੀ ਜੇ ਆਪਾਂ ਨੂੰ ਗਲਤੀ ਹੋਈ ਆ ਤਾਂ ਜ਼ਰੂਰ ਆਪਾਂ ਨੂੰ ਦੱਸੋ ਵੀ ਇੱਥੇ ਬਾਈ ਤੂੰ ਗਲਤ ਕੀਤਾ ਜਾਂ ਗਲਤੀ ਹੋਈ ਆ ਹੈ ਨਾ ਵੀ ਸੁਧਾਰ ਕਰਨ ਵਾਲਾ ਆਪਣੀ ਗੇਲ ਗੱਲਾਂ ਬਾਤਾਂ 'ਚ ਇੰਟਰਵਿਊ 'ਚ ਤਾਂ ਉਹ ਵੀ ਦੱਸੋ ਸੁਧਾਰ ਕਰਾਂਗੇ ਤੁਹਾਨੂੰ ਹੋਰ ਬਹੁਤ ਘੰਟ ਜਾਣਾ ਪਰ ਹੁਣ ਕਿੱਧਰ ਗਿਆ ਠੀਕ ਆ ਜੀ ਕਰਿਓ ਵੀਰੇ ਸਬਸਕ੍ਰਾਈਬ ਵੀਡੀਓ ਸ਼ੇਅਰ ਜ਼ਰੂਰ ਕਰਿਓ ਅਤੇ ਬਸ ਆਵਾਂਗੇ ਇੰਟਰਵਿਊ ਬਹੁਤ ਜਲਦੀ